ਸਿਕੰ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਦਸ਼ਕਾਂ ਦਾ ਸਾਲਤ ਹੈ ਆਓ ਦੇਖਦੇ ਹਾਂ ਅੱਜ ਦੀਆਂ ਖਾਸ ਖਬਰਾਂ 400 ਕਦੇ 500 ਇਹਦੇ ਸਵਾਲ ਆ ਜਾਂਦੇ ਨੇ ਮੇਰੇ ਵਾਸਤੇ ਬਹਿ ਕੇ ਇਕੱਲੇ-ਇਕੱਲੇ ਦਾ ਦੇਣਾ ਔਖਾ ਹੋ ਜਾਂਦਾ ਹੈ ਤਾਂ ਮੈਂ ਆਪਣੇ ਦਫ਼ਤਰ ਨੂੰ ਕਿਹਾ ਸੀ ਕਿ ਇਹ ਸੋਸ਼ਲ ਮੀਡੀਆ ਦੇ ਵਿੱਚੋਂ ਤੁਸੀਂ ਦੇਖੋ ਜਿਹੜੇ ਕਿਸੇ ਮੁੱਦੇ ਤੇ ਜਿਆਦਾ ਤੋਂ ਜਿਆਦਾ ਸਵਾਲ ਹੋਣ ਉਹ ਮੁੱਦੇ ਤੁਸੀਂ ਮੈਨੂੰ ਡਿਸਕਸ ਕਰ ਦਿਓ ਤੇ ਮੈਂ ਉਹਦਾ ਜਵਾਬ ਦੇ ਲਿਆ ਕਰਾਂਗਾ ਇੱਕ ਵਾਰ ਹਫ਼ਤੇ 'ਚ ਤਾਂ ਪਹਿਲੀ ਗੱਲ ਤਾਂ ਤੁਹਾਡੇ ਜਿਹੜੇ ਬਾਰ ਬਾਰ ਆਉਂਦੀ ਹੈ ਗੱਲ ਕਿ ਸਾਨੂੰ ਕੋਵਿਡ ਦੇ ਬਾਰੇ ਦੱਸੋ ਕਿ ਕੀ ਆਪਣਾ ਹੋ ਰਿਹਾ ਹੈ ਕੀ ਕਿਵੇਂ ਚੱਲ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਸ਼ੁਰੂਆਤ ਹੋਈ ਸੀ ਜਦੋਂ ਸਾਡੇ ਐਨ ਆਰ ਆਈ ਬਾਹਰੋਂ ਆਏ ਸੀ ਉਤੋਂ ਪਹਿਲਾਂ ਨਵਾਂ ਸ਼ਹਿਰ ਦੇ ਵਿੱਚ ਫਿਰ ਹੁਸ਼ਿਆਰਪੁਰ ਦੇ ਵਿੱਚ ਉਸ ਤੋਂ ਬਾਅਦ ਫੇਰ ਇਹ ਹੋਈ ਸੀ ਜਦ ਇਹ ਉਹ ਕਾਬੂ ਆ ਗਿਆ ਸੀ ਕੁਛ ਹੱਦ ਤੱਕ ਫਿਰ ਸਾਡੇ ਜਿਹੜੇ ਆਏ ਸੀ ਇੱਥੋਂ ਨੰਦੇਰ ਸਾਹਿਬ ਤੋਂ ਉਤੋਂ ਜਦੋਂ ਕੋਈ ਤਕਰੀਬਨ 4200 ਦਾ ਬੰਦੇ ਉੱਥੋਂ ਆਏ ਸੇ 3000 ਤੋਂ ਉੱਪਰ ਆਏ ਸੇ ਰਾਜਸਥਾਨ ਜਿਹੜੇ ਸਾਡੇ ਬੰਦੇ ਗਏ ਸੇ ਉੱਥੇ ਸਰਵ ਬਟਨ ਵਾਸਤੇ ਔਰ ਕੁਝ ਆਏ ਸੇ ਇਹਦੇ ਪਾਸਿਓਂ ਆਪਣੇ ਕੋਟਾ ਤੋਂ ਜੋ ਉੱਥੇ ਆਪਣੇ ਕੋਰਸ ਵਗੈਰਾ ਕਰ ਰਹੇ ਸੇ ਉੱਥੋਂ ਆਗੇ ਸੇ ਕੋਈ 17 18 ਬੰਦੇ ਜਿਹੜੇ ਜਸ ਪੋਜ਼ਿਟਿਵ ਨਿਕਲੇ ਇਹਦੇ ਵਿੱਚੋਂ ਇਹ 4200 ਕੁਝ ਤੋਂ ਜਿਹੜੇ ਨੰਦੇੜ ਤੋਂ ਆਏ ਤੇ ਮਹਾਰਾਸ਼ਟਰ ਤੋਂ ਆਏ ਸੇ 1250 ਬੰਦੇ ਪਾਜ਼ਿਟਿਵ ਨਿਕਲੇ ਤਕਰੀਬਨ 25% ਜਿਹਨਾਂ ਦੇ ਵਿੱਚੋਂ ਹੁਣ ਇਹ ਬਹੁਤ ਚੀਜ਼ ਮਹਾਰਾਸ਼ਟਰ ਦੇ ਵਿੱਚ ਬਹੁਤ ਫੈਲੀ ਹੋਈ ਹੈ ਔਰ ਕੋਈ ਜਿਆਦਾ ਗਿਆ ਸੀ ਮਥਾ ਟੇਕ ਕੇ ਨਜ਼ੂਰ ਸਾਹਿਬ ਨੰਦੇੜ ਸ਼ਹਿਰ ਹੈ ਬਹੁਤ ਵੱਡਾ ਉਹਦੇ ਵਿੱਚ ਗਿਆ ਹੋਣਾ ਹੈ ਕਿ ਉਹ ਇਹ ਚੀਜ਼ਾਂ ਉੱਥੇ ਹੋ ਗਈਆਂ ਲੇਕਿਨ ਅੱਜ ਖੁਸ਼ੀਆਂ ਨੂੰ ਮੈਨੂੰ ਕਹਿੰਦੇ ਕਿ ਉਸ ਨੂੰ ਅਸੀਂ ਕੰਟਰੋਲ 'ਚ ਲਿਆਏ ਲੋਕ ਅਸੀਂ ਕੁਆਰੰਟਾਈਨ 'ਚ ਕੀਤੇ ਉਹਨਾਂ ਦੀ ਬੜੀ ਟੈਸਟਿੰਗ ਕੀਤੀ ਕੋ ਉਹਨਾਂ ਦਾ ਇਲਾਜ ਵਗੈਰਾ ਕੀਤਾ ਔਰ ਬਹੁਤ ਹੱਦ ਤੱਕ ਇਹ ਕੰਟਰੋਲ ਚ ਆਇਆ ਹੋਇਆ ਹੈ ਇਸ ਵੇਲੇ ਸਾਡੇ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰ ਕਿ ਜਿਹੜੇ ਜਦੋਂ ਸਪਾਈਕ ਆਈ ਸੀ ਨਾ ਨੰਦੇੜ ਤੋਂ ਮਹਾਰਾਸ਼ਟਰ ਤੋਂ ਜਿਹੜੇ ਲੋਕ ਆਏ ਸੇ ਉਹ ਚਲੇ ਗਏ ਸੀ 905 ਤੱਕ ਜਿਹੜੇ ਬੰਦੇ ਇੱਕਦਮ ਥੋੜੀ ਸਪਾਈਕ ਇਹਦੀ ਆਈ ਕਿ 905 ਦੇ ਕਰੀਬ ਪੇਸ਼ੈਂਟਸ ਪੋਜ਼ਿਟਿਵ ਨਿਕਲੇ ਉਹਦੇ ਵਿੱਚ ਹੁਣ ਉਹ ਸਾਰਾ ਕੰਟਰੋਲ ਚ ਆ ਗਿਆ ਉਹਨਾਂ ਵਿੱਚੋਂ ਕਈ ਤਾਂ ਵਾਪਸ ਉਹਨਾਂ ਦੀ ਲਾਜ ਹੋ ਕੇ ਘਰਾਂ ਚਲੇ ਗਏ ਥੋੜੇ ਜਿਹੇ ਰਹਿ ਗਏ ਅੱਜ ਮੈਂ ਸਮਾਂ ਉਹਦੇ ਵਿੱਚੋਂ 17 ਬੰਦੇ ਸੇ ਕਪੂਰਥਲਾ ਰਾਣਾ ਗੁਰਜੀਤ ਜੀ ਨੇ ਉੱਥੋਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਉਹਨਾਂ ਨੂੰ ਵਿਦਾ ਆਪਣੇ ਪਿੰਡਾਂ ਨੂੰ ਕੀਤਾ ਉਹ ਉਹ ਠੀਕ ਹੋ ਰਹੇ ਨੇ ਉੱਥੇ ਅੱਜ ਜਿਹੜੇ ਸਾਡੇ ਰਿਕਾਰਡ ਚ ਆਉਂਦੇ ਆ ਡੇਲੀ ਉਹ ਇਹ ਹੈ ਕਿ 13 ਮਹੀਨ ਨੂੰ ਉਹ ਜਿਹੜੇ 900 ਦੇ ਕਰੀਬ ਸੀ ਉਹ 13 10 ਤੇ ਪਹੁੰਚ ਗਿਆ 14 ਮਹੀਨ ਨੂੰ 11 ਅੱਜ 13 ਔਰ ਟੋਟਲ 1932 ਸਾਡੇ ਇਹ ਸਾਡੇ ਇਹ ਕੋਵਿਡ ਸ਼ੁਰੂ ਤੋਂ ਹੀ ਜਤੂ ਸ਼ੁਰੂ ਹੋਇਆ 1932 ਬੰਦਿਆਂ ਨੂੰ ਹੋਇਆ ਸੀ ਲੇਕਿਨ ਹੁਣ ਇਹ 10 11 13 ਇਸ ਲਾਈਨ ਤੇ ਚੱਲਦਾ ਔਰ ਇੱਕ ਸਪਾਈਕ ਜਦੋਂ ਆਇਆ ਸੀਗਾ ਜਿਹੜੇ ਮਹਾਰਾਸ਼ਟਰ ਆਏ تھے ਜਾਂ ਰਾਜਸਥਾਨ ਤੋਂ ਆਏ ਸੀ ਉਦੋਂ ਵੀ ਸਾਡਾ 7 8 6 ਇਸ ਤਰੀਕੇ ਨਾਲ ਚੱਲ ਰਿਹਾ ਸੀ ਹਿੰਦੁਸਤਾਨ ਤੋਂ ਸਭ ਤੋਂ ਘੱਟ ਔਰ ਇਹ ਆંકੜੇ ਦੇਖੋ ਇਹ ਬੜੇ ਬੜੇ ਮੈਂ ਤੁਹਾਨੂੰ ਦੱਸਣਾ ਇਸ ਲਈ ਚਾਹੁੰਦਾ ਕਿਉਂਕਿ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਐਨਆਰਆਈ ਨੇ ਦੁਨੀਆ ਦੇ ਵਿੱਚ ਉਹ ਹੈ ਜਾਂ ਤਾਂ ਆਹ ਤਾਮਿਲਨਾਡੂ ਤੋਂ ਜਾਂ ਗੁਜਰਾਤ ਤੋਂ ਜਾਂ ਪੰਜਾਬ ਤੋਂ। ਔਰ ਅੱਜ ਤਾਮਿਲਨਾਡੂ ਦੇ ਵਿੱਚ 10108 ਲੋੜੇ ਮਰੀਜ਼ ਨੇ ਇਸ 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 ਬਿਮਾਰੀ ਦੇ। ਗੁਜਰਾਤ ਦੇ ਵਿੱਚ 9932 ਔਰ ਪੰਜਾਬ ਦੇ ਵਿੱਚ 1932। ਤਾਂ ਦੇਖੋ ਕਿੱਥੋਂ ਕਿੱਥਾਈਂ ਆ ਗਿਆ ਕਮ। ਜਿਹੜੇ ਮੌਤਾਂ ਹੋਈਆਂ ਨੇ महाराष्ट्र ਆਪਣੇ गुजरात ਦੇ ਵਿੱਚ 606 ਤਾਮਿਲਨਾਡੂ ਵਿੱਚ 71 اور ਆਪਣੇ ਬੱਤੀ ਆਪਾਂ 2% ਹੈ ਉਹ ਦੇ ਕਰੀਬ ਔਰ ਤੀਸਰਾ ਜਿਹੜਾ ਡਬਲਿੰਗ ਹੁੰਦੀ ਹੈ ਨਾ ਕਿ ਹਰ ਕਿੰਨੇ ਦਿਨਾਂ ਬਾਅਦ ਅਗਰ ਅੱਜ 10 ਨੇ ਤਾਂ 20 ਕਦੋਂ ਹੋ ਜਾਣਗੇ ਜਾਂ 30 ਕਦੋਂ ਜਾਂ ਔਰ 20 ਤੋਂ ਫਿਰ 40 ਕਦੋਂ ਹੋ ਜਾਣਗੇ ਉਹ ਪੰਜਾਬ ਦੇ ਵਿੱਚ 44 ਦਿਨਾਂ ਬਾਅਦ ਇਹ ਡਬਲਿੰਗ ਹੋ ਰਹੀ ਹੈ ਜਿੱਥੇ ਮਹਾਰਾਸ਼ਟਰ ਵਿੱਚ 11 ਦਿਨਾਂ ਬਾਅਦ ਔਰ ਤਾਮਿਲਨਾਡੂ ਵਿੱਚ 9 ਦਿਨਾਂ ਬਾਅਦ ਤੋਂ ਗੈਪ ਵੀ ਹੈ ਬਿਮਾਰੀ ਵੀ ਅੱਛੀ ਕਾਬੂ ਕਰ ਰਹੇ ਆਂ ਔਰ ਇਹ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ ਇਸ ਬਿਮਾਰੀ ਦੇ ਵਿੱਚ ਮਹਾਰਾਸ਼ਟਰ ਦੇਖ ਲਓ ਕਿੰਨੀ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਇਸ ਕੰਮ 'ਚ 19100 ਬੰਦਿਆਂ ਨੂੰ ਕੋਵਿਡ ਹੋਇਆ ਹੋਇਆ ਔਰ 1068 ਦੀ ਮੌਤਾਂ ਹੋਈਆਂ ਨੇ ਇਹ ਬੜੀ ਸਾਨੂੰ ਔਰ 11 11 11 ਦਿਨ 'ਚ ਡਬਲਿੰਗ ਇਹ ਕਰ ਰਹੇ ਨੇ ਤੋਂ ਸਾਡਾ ਪੰਜਾਬ ਦਾ ਇਹ ਆંકੜੇ ਬਹੁਤ ਸਹੀ ਆ ਰਹੇ ਨੇ ਇਸ ਵੇਲੇ ਲੇਕਿਨ ਇਹ ਸਾਰੀ ਤੁਹਾਡੀ ਮਿਹਰਬਾਨੀ ਹੈ ਦੇਖੋ ਅਸੀਂ ਤਾਂ ਕੈਸਿੰਗ ਨੇ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਹਾਂ ਅੰਤ ਵਿੱਚ ਤੱਕ ਤੁਸੀਂ ਉਹ ਕਰਨਾ ਹੈ ਤੁਸੀਂ ਉਹ ਜਿਹੜੀਆਂ ਚੀਜ਼ਾਂ ਅਸੀਂ ਦੱਸਿਆ ਨੇ ਤੁਹਾਨੂੰ ਕਿ ਸੋਸ਼ਲ ਡਿਸਟੈਂਸਿੰਗ ਰੱਖੋ ਹੱਥ ਤੋ ਹੋ ਗਿਰਾ ਜੋ ਡਾਕਟਰ ਕਰਦੇ ਨੇ ਤੁਸੀਂ ਕਰ ਰਹੇ ਹੋ ਤਾਂ ਹੀ ਆਹ ਕੰਮ ਐਸੇ ਬਣ ਰਿਹਾ ਹੈ ਔਰ ਇਸ ਕਰਕੇ ਮੈਂ ਸੋਚਿਆ ਕਿ ਕਈ ਚੀਜ਼ਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਜੋ ਮੈਂ ਥੋੜੀ ਦੇਰ ਬਾਅਦ ਤੁਹਾਨੂੰ ਦੱਸੂਗਾ ਲੇਕਿਨ ਇਹ ਕੁਝ ਹੋਰ ਇਹਦੇ ਤੁਹਾਡੇ ਸਵਾਲ ਸੇ ਜੈਸੇ 50 ਹਜ਼ਾਰ ਬੰਦੇ ਅੱਜ ਸਾਨੂੰ ਪੰਜਾਬ ਛੱਡ ਕੇ ਬਿਹਾਰ ਤੋਂ ਜਾਰਖੰਡ ਤੋਂ ਯੂਪੀ ਤੋਂ ਵਾਪਸ ਆਪਣੇ ਘਰਾਂ ਚ ਜਾ ਉੱਤਰਖੰਡ ਤੋਂ ਜਾਣਾ ਚਾਹੁੰਦੇ ਨੇ ਉੜੀਸਾ ਤੋਂ ਵੀ ਆਏ ਹੋਏ ਨੇ ਤੇ ਮੈਂ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਅਸੀਂ ਉਹਨਾਂ ਦੀ ਟ੍ਰੇਨਾਂ ਕਰ ਰਹੇ ਆ ਅੱਜ ਦੇ ਅੱਜ ਦੇ ਦਿਨ ਤਕਰੀਬਨ ਹੋ ਗਿਆ ਨੇ 130 ਟ੍ਰੇਨਾਂ ਆਪਣੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਲੈ ਜਾ ਕੇ 17 ਤੋਂ 18 ਟ੍ਰੇਨਾਂ ਅਸੀਂ ਡੇਲੀ ਭੇਜ ਰਹੇ ਆ ਔਰ ਇਸ ਵੇਲੇ 84 ਟ੍ਰੇਨਾਂ ਯੂਪੀ ਜਾ ਚੁੱਕੀਆਂ ਹਨ ਔਰ 32 ਟ੍ਰੇਨਾਂ ਬਿਹਾਰ ਜਾ ਚੁੱਕੀਆਂ ਨੇ ਜੋ ਅਸੀਂ ਪੰਜਾਬ ਦੇ ਲੋਕ ਅਸੀਂ ਇਹਦਾ ਪੇਮੈਂਟ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਘਰ ਪਹੁੰਚਾ ਸਕੀਏ ਉਹਨਾਂ ਨੇ ਸੇਵਾ ਕੀਤੀ ਆਪਣੇ ਸੂਬੇ ਦੀ ਔਰ ਸਾਡੀ ਡਿਊਟੀ ਬਣਦੀ ਹੈ ਇਸੇ ਹਾਲਾਤ ਨਾਲ ਸਾਡੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ 60000 ਪੰਜਾਬੀ ਹਿੰਦੁਸਤਾਨ ਦੇ ਹੋਰ ਸੂਬਿਆਂ ਚੋਂ ਵਾਪਸ ਆਉਣਾ ਚਾਹੁੰਦੇ ਆ ਔਰ ਡਿਊਟੀ ਬਣਦੀ ਆ ਉਹ ਸੂਬਿਆਂ ਦੀ ਭੇਜਣ ਨੂੰ ਲੇਕਿਨ ਅਗਰ ਉਹ ਨਹੀਂ ਭੇਜਣਗੇ ਤਾਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਸਾਡੇ ਪੰਜਾਬੀ ਨੇ ਕਿ ਆ ਸੀ ਉਹਨੂੰ ਨਹੀਂ ਛੱਡਾਂਗੇ ਜੇ ਰੋਣਾ ਚਾਹੁੰਦੇ ਨੇ ਅੱਜ ਤੁਸੀਂ ਇੱਕ ਸਵਾਲ ਮੈਨੂੰ ਇਹ ਵੀ ਕੀਤਾ ਸੀ ਕਿ ਬਾਹਰੋਂ ਅਸੀਂ ਆਉਣਾ ਚਾਹੁੰਦੇ ਆ ਗਵਰਨਮੈਂਟ ਆਫ ਇੰਡੀਆ ਇਹਦੇ ਜਹਾਜ਼ ਕਈ ਜਹਾਜ਼ ਬੁਕਿੰਗ ਕੀਤੀ ਹੈ ਉਹਨਾਂ ਨੇ 174 ਦਾ ਪਹਿਲਾ ਜਹਾਜ਼ ਕੀਤਾ ਨੇ ਹੋਰ ਕਰਨ ਲੱਗੇ ਨੇ ਔਰ ਜਿੱਥੇ ਵੀ ਸਾਡੇ ਹਿੰਦੁਸਤਾਨੀ ਬੈਠੇ ਨੇ ਔਰ ਆਉਣਾ ਚਾਹੁੰਦੇ ਨੇ ਔਰ ਤੁਸੀਂ ਪੰਜਾਬੀਓ ਜਿਹੜੇ ਬਾਹਰ ਬੈਠੇ ਹੋ ਔਰ ਆਉਣਾ ਚਾਹੁੰਦੇ ਹੋ ਆਪਣੇ ਕੌਂਸਲ ਜਨਰਲ ਨੂੰ ਤੁਸੀਂ ਜਾ ਕੇ ਦੱਸੋ ਕੌਂਸੂਲੇਟ ਵਿੱਚ ਕਿ ਤੁਸੀਂ ਹੋਣਾ ਚਾਹੁੰਦੇ ਹੋ ਨਾਮ ਨੋਟ ਕਰਾ ਲਓ ਤਾਂ ਕਿ ਤੁਸੀਂ ਵੀ ਉਸ ਜਹਾਜ਼ ਦੇ ਵਿੱਚ ਅਸੀਂ ਉਹਨਾਂ ਨੂੰ ਦੱਸਾਂਗੇ ਤੁਸੀਂ ਵੀ ਜਵਾਬ ਉਹ ਜਹਾਜ਼ ਦੇ ਵਿੱਚ ਆ ਸਕੋ ਵਾਪਸ ਤਾਂ ਇਹ ਹੈ ਜੇ ਆਓਗੇ ਤੁਸੀਂ ਪੁੱਛਣੀ ਹੋ ਮੈਂ ਇਸ ਸਾਡਾ ਕਵਾਰਨਟਾਈਨ ਕਵਾਰਨਟਾਈਨ ਹੋਏਗਾ ਤੁਹਾਡਾ ਟੈਸਟਿੰਗ ਹੋਏਗੀ ਤੁਹਾਡੀ ਔਰ ਕਵਾਰਨਟਾਈਨ 14 ਦਿਨ ਦੀ ਅਗਰ ਤਾਂ ਤੁਸੀਂ ਪੋਜ਼ਿਟਿਵ ਹੋ ਤੇ ਤਾਂ ਤੁਹਾਨੂੰ ਜਾਣਾ ਪਵੇਗਾ ਇੰਟੂ ਹਸਪੀਟਲ ਜਿੱਥੇ ਤੁਹਾਡੇ ਆਪਣਾ ਇਲਾਜ ਕਰਾਉਣਾ ਹੈ ਔਰ ਤੁਸੀਂ ਇਲਾਜ ਤੋਂ ਬਾਅਦ ਆਪਣੇ ਘਰ ਜਾ ਸਕੋਗੇ ਜਿਨ੍ਹਾਂ ਨੂੰ ਸਿਰਫ ਏ ਸਿੰਪਟੋਮੈਟਿਕ ਹੋ ਜਾਂ ਕੁਝ ਕੁਝ ਬਿਮਾਰੀ ਨਹੀਂ ਹੈ ਉਹਨਾਂ ਨੂੰ ਅਸੀਂ ਘਰ ਭੇਜ ਦਾਂਗੇ ਕੁਆਰੰਟੀਨ ਦੇ ਵਾਸਤੇ ਤੁਸੀਂ ਘਰਾਂ ਚ ਬੈਠੋ ਔਰ ਤੁਹਾਨੂੰ 14 ਦਿਨ ਉਸੇ ਬਿਤਾਉਣੇ ਪੈਣਗੇ ਫਿਰ ਤੁਹਾਡਾ ਟੈਸਟ ਹੋ ਅਗਰ ਤੁਸੀਂ ਠੀਕ ਹੋ ਔਰ ਫਿਰ ਤੁਸੀਂ ਆਪਣੀ ਏ ਕੁਆਰੰਟੀਨ ਦਾ ਕੰਮ ਥੋੜਾ ਬੰਦ ਹੋ ਜਾਊਗਾ ਇਹ ਕਹਣਾ ਤੁਸੀਂ ਮੈਨੂੰ ਇਹ ਪੁੱਛਿਆ ਨੇ ਕੋਵਿਡ ਦੇ ਬਾਰੇ ਇਹ ਮੈਂ ਤੁਹਾਨੂੰ ਦੱਸਿਆ ਬਾਰੋਂ ਇਸ ਵੇਲੇ ਜਿਵੇਂ ਮੈਂ ਤੁਹਾਨੂੰ ਦੱਸਿਆ 60 ਹਜ਼ਾਰ ਤੱਕ ਕਰੀਬ ਪੰਜਾਬੀ ਬਾਰੋਂ ਹਨ ਹਿੰਦੁਸਤਾਨ ਦੇ ਸੁਗਗਿਆ ਤੋਂ ਆਉਣਾ ਚਾਹੁੰਦੇ ਨੇ ਲੇਕਿਨ ਇਸ ਸੱਚ ਦਾ ਬਹੁਤ ਅੱਗੇ ਵੱਧ ਸਕਦਾ ਹੈ ਇਹ ਤਾਂ ਸਿਰਫ ਸਾਡੇ ਵੈਬਸਾਈਟ ਤੇ ਆਇਆ ਹੈ ਔਰ ਵੈਬਸਾਈਟ ਤੋਂ ਇਲਾਵਾ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਸਾਡਾ ਵੈਬਸਾਈਟ ਕੀ ਹੈ ਕਿਤੇ ਨਹੀਂ ਜਿਹੜੇ ਕੋਈ ਰਹਿ ਜਾਂਦੇ ਹੋ ਤੁਸੀਂ ਅਗਰ ਤੁਸੀਂ ਆਉਣਾ ਚਾਹੁੰਦੇ ਸਾਨੂੰ ਦੱਸਿਓ ਅਸੀਂ ਤੁਹਾਨੂੰ ਡਿਆਵਾਂਗੇ ਔਰ ਜਿਹੜੇ ਵਿਦੇਸ਼ਾਂ ਤੋਂ ਆ ਰਹੇ ਨੇ ਜੋ ਸਾਨੂੰ ਖਬਰ ਆਈ ਹੈ ਐਕਸਟਰਨਲ ਅਫੇਅਰਸ ਮਿਨਿਸਟਰੀ ਤੋਂ ਕਿ ਤਕਰੀਬਨ 20000 ਦੇ ਕਰੀਬ ਆਪਣੇ ਪੰਜਾਬੀ ਇੱਥੇ ਵਾਪਸ ਆਉਣਾ ਚਾਹੁੰਦੇ ਨੇ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣੇ ਕੌਂਸੂਲੇਟਾਂ ਨੂੰ ਆਪਣਾ ਨਾਮ ਪਹੁੰਚਾਉ ਜ਼ਰੂਰ ਸਕੂਲਾਂ ਦੇ ਬਾਰੇ ਦੇਖੋ ਇਹ ਬੜੀ ਸਕੂਲਾਂ ਦੇ ਵਿੱਚ ਇਹ ਬਿਮਾਰੀਆਂ ਫੈਲ ਸਕਦੀਆਂ ਨੇ వైరਲ ਹੁੰਦੀਆਂ ਨੇ ਕਈ ਚੀਜ਼ਾਂ ਹੁੰਦੀਆਂ ਨੇ ਦੇਖੋ ਆਪਣੇ ਚਿਕਨ ਪੋਕਸ ਹੁੰਦੀ ਹੈ ਮੰਪਸ ਹੁੰਦੇ ਨੇ ਇੱਕ ਬੱਚੇ ਤੋਂ ਦੂਜੇ ਬੱਚੇ ਤੀਜੇ ਬੱਚੇ ਚੌਥੇ ਬੱਚੇ ਤੱਕ ਜਾ ਸਕਦੀਆਂ ਨੇ ਔਰ ਤਾਂ ਹੀ ਉਹ ਸਕੂਲਾਂ ਵਿੱਚ ਵੀ ਕੋਈ ਹੋ ਜੇ ਜੋ ਬੋਰਡਿੰਗ ਸਕੂਲ ਨੇ ਉਹ ਤੇ ਕਵਾਰਨਟਾਈਨ ਦੇ ਵਿੱਚ ਪਾ ਦਿੰਦੇ ਨੇ ਨਹੀਂ ਕਹਿੰਦੇ ਨੇ ਘਰਾਂ ਜਾ ਕੇ ਤੁਸੀਂ ਆਪਣੇ ਕਵਾਰਨਟਾਈਨ ਚ ਰਹੋ ਇਹ ਹੀ ਤਰੀਕਾ ਹੈ ਵਾਇਰਸ ਨੂੰ ਕੰਟਰੋਲ ਕਰਨ ਦਾ ਕੋਈ ਤਰੀਕਾ ਹੈ ਤੇ ਸੋਸ਼ਲ ਡਿਸਟੈਂਸਿੰਗ ਰੱਖੋ ਬੱਚਿਆਂ ਨੂੰ ਇਕੱਠੇ ਨਾ ਹੁੰਨ ਦਿਓ ਹੁਣ ਇਕੱਠੇ ਤਾਂ ਸਕੂਲਾਂ ਦੇ ਵਿੱਚ ਕਿਵੇਂ ਰੋਕੋਗੇ ਤੁਸੀਂ ਬੈਂਚ ਤੇ ਬੈਹਦੇ ਨੇ ਜਾਂ ਖੇਡਦੇ ਨੇ ਜਾਂ ਕੁਝ ਇੱਕ ਦੂਜੇ ਦੇ ਨਾਲ ਤਾਂ ਮਿਲਣ ਗਈ ਕੋਈ ਫੁੱਟਬਾਲ ਖੇਡਦਾ ਹੈ ਕੋਈ ਕੁਝ ਹੋਰ ਚੀਜ਼ ਖੇਡਦਾ ਹੈ ਤੁਸੀਂ ਰੋਕ ਨਹੀਂ ਸਕਣਾ ਇਸ ਨੂੰ ਲੇਕਿਨ ਅਸੀਂ ਸਕੂਲਾਂ ਨੂੰ ਹੈ ਜਰੂਰ ਕਿ ਹੈ ਕਿ ਇਹ ਦੇ ਦੌਰਾਨ ਕੋਈ ਇਨਕਰੀਜ਼ ਨਹੀਂ ਹੋਏਗੀ ਉਹਨਾਂ ਦੀ ਫੀਸ ਦੀ ਇਸ ਸਾਲ ਮੈਂ ਇਹਨਾਂ ਨੂੰ ਪਹਿ ਚੁੱਕਿਆ ਆਰਡਰ ਕਿ ਕੋਈ ਤੁਸੀਂ ਜਿਹੜਾ 8% ਅਸੀਂ ਇਨਕਰੀਜ਼ ਅਲਾਉ ਕਰ ਦਿੰਨੇ ਆ ਆਪਣੇ ਲੋਕ ਪ੍ਰਾਈਵੇਟ ਸਕੂਲਸ ਨੂੰ ਕਿ ਤੁਸੀਂ 8% ਤਾਈਂ ਆਪਣਾ ਵਧਾ ਸਕਦੇ ਹੋ ਆਪਣੀ ਫੀਸ ਉਹ ਨਹੀਂ ਹੋਣਗੀਆਂ ਇਸ ਸਾਲ ਪਹਿਲੀ ਗੱਲ ਤਾਂ ਇਹ ਹੈ ਦੂਸਰਾ ਆਨਲਾਈਨ ਐਜੂਕੇਸ਼ਨ ਰੱਖਣ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਮੈਨੂੰ ਤੁਸੀਂ ਪੁੱਛੋ ਕਿ ਕਿੰਨੀ ਦੇਰ ਕੋਵਿਡ ਚੱਲੇਗਾ ਉਹ ਵੀ ਸਵਾਲ ਹੈ ਇੱਕ ਥੋੜਾ ਮੈਂ ਕੈਸੇ ਦੱਸਾਂ ਤੁਹਾਨੂੰ ਕਿ ਦੁਨੀਆ 'ਚ ਨਹੀਂ ਪਤਾ ਕਿਵੇਂ ਚੱਲ ਰਿਹਾ ਹੈ ਨੋਬਡੀ ਨੋਸ ਇਹ ਕਿ ਬਿਮਾਰੀ ਇਹ ਜੀ ਹੈ ਜਿਹੜੀ ਚਾਈਨਾ ਤੋਂ ਸ਼ੁਰੂ ਹੋਈ ਔਰ ਚਾਈਨਾ ਫਿਰ ਵਾਪਸ ਪਹੁੰਚ ਗਈ ਅਮਰੀਕਾ ਦਾ ਦੇਖੋ ਕੀ ਹਾਲ ਹੈ ਲੱਖਾਂ ਦੇ ਕਰੀਬ ਉੱਥੇ ਲੋਕਾਂ ਲੋਕ ਬਾਹਰ ਹੋ ਗਏ ਔਰ ਪਤਾ ਨਹੀਂ 70 80 ਹਜ਼ਾਰ ਦੇ ਕਰੀਬ ਤਾਂ ਮਰ ਗਏ ਨੇ ਉੱਥੇ ਇਹ ਸਾਰੇ ਕਿਤੇ ਦੁਨੀਆ ਚੱਲੀ ਆ ਤਾਂ ਕੋਈ ਕੰਟਰੋਲ ਨਹੀਂ ਸਾਨੂੰ ਨਾ ਸਾਨੂੰ ਪਤਾ ਹੈ ਬਿਮਾਰੀ ਬਾਰੇ ਨਾ ਡਾਕਟਰਾਂ ਨੂੰ ਸਾਇੰਟਿਸਟ ਨੂੰ ਕਿਸੇ ਨੂੰ ਪਤਾ ਹੈ ਇਸ ਦੇ ਬਾਰੇ ਤੋਂ ਇਹ ਕਰਕੇ ਸਕੂਲ ਸਾਨੂੰ ਬੰਦ ਰੱਖਣੇ ਪੈਣਗੇ ਜਦ ਤਾਈਂ ਕੁਝ ਇਹਦੀ ਜਾਣਕਾਰੀ ਨਹੀਂ ਹੁੰਦੀ ਔਰ ਇਹ ਨਹੀਂ ਪਤਾ ਲੱਗਦਾ ਕਿ ਇਹਦਾ ਕਿਵੇਂ ਕੈਸੇ ਇਲਾਜ ਇਹਦਾ ਕਰਾਂਗੇ ਸੋ ਇਹ ਤੁਹਾਨੂੰ ਇਹ ਇਹ ਤੁਹਾਨੂੰ ਔਕੀ ਕਢੀ ਤੁਹਾਨੂੰ ਕੱਟਣੀ ਪਊ ਮੈਂ ਜਾਣਦੇ ਹਾਂ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਨੀ ਹੋਣੀ ਲੇਕਿਨ ਆਨਲਾਈਨ ਤੁਸੀਂ ਅਗਰ ਜਿਹੜਾ ਸਕੂਲ ਕਰ ਸਕਦੇ ਨੇ ਤੁਸੀਂ ਕਰੋ ਉਹਦੇ ਵਾਸਤੇ ਆਨਲਾਈਨ ਵਾਸਤੇ ਤਾਂ ਵਕ ਵਕ ਗੱਲ ਹੈ ਲੇਕਿਨ ਹੋਰ ਕੋਈ ਬਿਲ ਨਹੀਂ ਤੁਸੀਂ ਨਾਲਣੇ ਜੈਸੇ ਬਿਲਡਿੰਗ ਚਾਰजेस ਹੁੰਦੇ ਨੇ ਟਰਾਂਸਪੋਰਟੇਸ਼ਨ ਚਾਰजेस ਮੀਲ ਚਾਰजेस ਵਗੈਰਾ ਇਹ ਨਹੀਂ ਲੱਗਣਗੇ ਅਗਰ ਤੁਸੀਂ ਆਨਲਾਈਨ ਦੀ ਸਖਲਾਈ ਹੈ ਉਹ ਜਿਹੜਾ ਕੋਈ ਛੋਟਾ ਖਰਚਾ ਹੁੰਦਾ ਉਹ ਤੁਸੀਂ ਬੇਸ਼ੱਕ ਚਾਰਜ ਕਰ ਸਕਦੇ ਹੋ ਤਾਂ ਇਹ ਗੱਲਾਂ ਅਸੀਂ ਕਈ ਚੀਜ਼ਾਂ ਇਹ ਪ੍ਰਾਈਵੇਟ ਸਕੂਲ ਨੂੰ ਲਿਖ ਕੇ ਭੇਜੀਆਂ ਅਖਬਾਰ ਚਾ ਜਾਣਗੀਆਂ ਔਰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜਾਓ ਜਰੂਰ ਔਰ ਜੈਸੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੰਮ ਹੁਣ ਦਬਨ ਲੱਗ ਗਿਆ ਔਰ ਕੋਈ ਇਹਦਾ ਕੋਈ 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 ਇਲਾਜ ਮਿਲ ਰਿਹਾ ਹੈ ਤਾਂ ਅਸੀਂ ਸਕੂਲ ਖੋਲ ਸਕਾਂਗੇ ਇਹ ਤੁਹਾਡੇ ਬੱਚਿਆਂ ਦੀ ਬਿਹਤਰੀ ਵਾਸਤੇ ਹੈ ਤੁਹਾਡੇ ਪਰਿਵਾਰ ਦੀ ਔਰ ਤੁਹਾਡੇ ਬੱਚਿਆਂ ਦੀ ਸਿਹਤ ਵਾਸਤੇ ਹੈ ਐਂਡ ਆਈ ਏਮ ਨਾਟ ਵਿਲਿੰਗ ਟੂ ਟੇਕ ਰਿਸਕ ਮੈਂ ਰਿਸਕ ਨਹੀਂ ਲਵਾਂਗਾ ਕਿ ਤੁਹਾਡੇ ਬੱਚਿਆਂ ਨੂੰ ਮੈਂ ਇੱਥੇ ਇਹ ਜੀ ਚੀਜ਼ ਸਿਖਾਵਾਂ ਜਿੱਥੇ ਉਹਨਾਂ ਨੂੰ ਬਿਮਾਰੀਆਂ ਹੋਣ ਜਿਹਦੇ ਤੋਂ ਸ਼ਾਇਦ ਨਿਕਲ ਨਾ ਸਕਣ ਤੋ ਇਹ ਜ਼ਰੂਰੀ ਹੈ ਮੇਰੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦਾ ਕਿ ਤੁਸੀਂ ਇਸ ਜ਼ਿੰਮੇਵਾਰੀ ਦਾ ਮੇਰਾ ਸਾਥ ਦਿਓਗੇ ਅ ਖੁਸ਼ੀਆਂ ਇਸ ਗੱਲ ਦੀਆਂ ਜ਼ਰੂਰ ਨੇ ਕਿ ਜੈਸੇ ਤੁਸੀਂ ਮੈਨੂੰ ਇਹ ਵੀ ਪੁੱਛਿਆ ਸੀ ਫਸਲ ਦੇ ਬਾਰੇ ਕਿ ਤੁਸੀਂ ਹੁਣ ਸੌਣੀ ਆ ਰਹੀ ਹੈ ਸੌਣੀ ਦੀ ਆਪਾਂ ਫਸਲ ਕੀ ਕਰਾਂਗੇ ਪਹਿਲਾ ਗੱਲ ਤਾਂ ਇਹ ਹੈ ਵਧਾਈ ਤੁਹਾਨੂੰ ਕਿ 1 1 ਲੱਖ 123 ਲੱਖ ਟਨ ਆਪਣੀ ਕਣਕ ਆ ਚੁੱਕੀ ਹੈ ਔਰ ਦਿਨ ਪਰ ਦਿਨ 1 1 ਲੱਖ ਸਵਾ ਲੱਖ ਡੇਲੀ ਆ ਰਹੀ ਹੈ ਦੇਖਦੇ ਹਾਂ ਕਿੱਥੇ ਤੱਕ ਪਹੁੰਚਦੀ ਹੈ ਇੱਕ ਨੇ ਕਿਸਾਨਾਂ ਦੀ ਹਿੰਮਤ ਹੈ ਤੁਹਾਡੇ ਸਾਰੇ ਦੀ ਹਿੰਮਤ ਹੈ ਜਿਨ੍ਹਾਂ ਦੇ ਕਰਕੇ ਹੋਇਆ ਤੁਸੀਂ ਮੈਨੂੰ ਫੇਰ ਪੁੱਛਿਆ ਸੀ ਕਿ ਸੌਣੀ ਦਬਾਰੇ ਕਿ ਅਸੀਂ ਪਹਿਲੀ ਜੂਨ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਪਹਿਲੀ ਜੂਨ ਤੋਂ ਤੁਸੀਂ ਕਰੋਗੇ ਨਾ ਛੋਨੇ ਨੂੰ ਸ਼ੁਰੂ ਉਹ ਤਾਂ ਅਗਸਤ ਦੀ ਅਖੀਰ ਦੇ ਪਹਿਲੇ ਹਫ਼ਤੇ ਸਤੰਬਰ ਦੇ ਵਿੱਚ ਪੱਕ ਜੂਗੀ ਤੁਸੀਂ ਕਟੋਗੇ ਕਿਵੇਂ ਵਟੋਗੇ ਕਿਵੇਂ ਪੂਰੀ ਮੌਇਸਚਰ ਲੈਵਲ ਨਹੀਂ ਹਾਈ ਹੋ ਜਾਣੀ ਇਸ ਕਰਕੇ ਇਹ ਨਾ ਤੁਸੀਂ ਗਲਤੀ ਕਰ ਬੈਠਣਾ ਅਸੀਂ 10 ਤਰੀਕ ਨੂੰ ਦਿੱਤੀ ਹੈ ਅਗਰ ਤੁਸੀਂ ਪਹਿਲੀ ਜੂਨ ਤੋਂ ਲਿਆਉਣਾ ਹੋ ਤਾਂ ਤੁਹਾਡੀ 25 ਅਗਸਤ ਤਾਈ ਪੱਕ ਜਾਣੀ ਹੈ ਜਦ ਸਭ ਤੋਂ ਜ਼ਿਆਦਾ بارش ਉਦੋਂ ਹੁੰਦੀ ਹੈ ਕਹ ਇਹਦਾ ਫਾਇਦਾ ਕੀ ਹੈ ਦੱਸੋ ਪਹਿਲਾਂ ਸ਼ੁਰੂ ਕਰਨ ਤੋਂ ਤਾਂ ਤੁਸੀਂ ਇਹ ਮੇਰੀ ਗੱਲ ਮੰਨੋ 10 ਜੂਨ ਠੀਕ ਟਾਈਮ ਹੈ ਉਹ ਫਿਰ ਸਪਟੈਂਬਰ ਵਿਚਾਲੇ ਜਾ ਕੇ ਇਹ ਪੱਕੂਗੀ ਉਦੋਂ ਤੁਸੀਂ ਇਸ ਨੂੰ ਵਾਢੀ ਚ ਲੱਗ ਸਕਦੇ ਆ ਔਰ ਮੰਡੀ ਚ ਆ ਸਕਦੇ ਆ ਤਾਂ ਇਹ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਹੋਰ ਥੋੜੇ ਸਵਾਲ ਸੇ ਸਰਕਾਰ ਗਵਰਨਮੈਂਟ ਆਫ ਇੰਡੀਆ ਨੂੰ ਫਲਾਈਟਾਂ ਤੇ ਟ੍ਰੇਨ ਲਾਉਣੇ ਚਾਹੀਦੇ ਨੇ ਮੈਂ ਸਮਝਦਾ ਲਾਉਣੇ ਚਾਹੀਦੇ ਨੇ ਔਰ ਫਲਾਈਟਾਂ ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਲੋਕਾਂ ਨੂੰ ਲੈ ਕੇ ਆ ਰਹੇ ਨੇ ਬਾਹਰੋਂ ਔਰ ਟ੍ਰੇਨਾਂ ਤਾਂ ਹੁਣ ਚੱਲ ਹੀ ਰਹੀਆਂ ਨੇ ਅਸੀਂ ਜਿਹੜੇ ਆਪਣੇ ਬੰਦੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਜਦੋਂ ਬੰਦਿਆਂ ਨੂੰ ਪਹੁੰਚਾ ਦੇਣ ਆਪਣੇ ਆਪਣੇ ਸੂਬਿਆਂ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਚਾਲੂ ਕਰਨਾ ਚਾਹੀਦਾ ਮੈਂ ਇਸ ਦੇ ਸਹਿਮਤ ਹਾਂ ਤੁਸੀਂ ਇਹ ਵੀ ਕਿਹਾ ਕਿ ਮੈਂ ਇੱਕ ਛੋਟਾ ਇਹ ਸੰਗਰੂਰ ਤੋਂ ਆਇਆ ਕਿ ਮੈਂ ਇੱਕ ਛੋਟਾ ਬਿਜ਼ਨਸਮੈਨ ਹੈ ਲੋਹੜੇ ਹਣੇ ਤੋਂ ਤੇ ਮੈਂ ਪਿਛਲੇ 2 ਮਹੀਨੇ ਤੋਂ ਮੇਰੀ ਕੋਈ ਕਮਾਈ ਨਹੀਂ ਹੋਈ ਮੈਂ ਆਪਣਾ ਬਿਜ਼ਨਸ ਕਿਵੇਂ ਖੋਲ ਸਕਦਾ ਹੈ ਦੁਕਾਨ ਹੋਣੀ ਹੋਰੀ ਕੁਝ ਛੋਟਾ ਜੋ ਕੰਮ ਹੋਣਾ ਹੈ ਅਸੀਂ ਇਹਦਾ ਅਗਲੇ 2 ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਇਹਦਾ ਕੱਢ ਕੇ ਦੇਵਾਂਗੇ ਅਸੀਂ ਵੱਧ ਤੋਂ ਵੱਧ ਤੁਹਾਡੇ ਛੋਟੇ ਬਿਜ਼ਨੈਸ ਜਿਹੜੀਆਂ ਨੇ ਤੁਹਾਡੇ ਦੁਕਾਨਾਂ ਨੇ ਉਹ 18 ਤਰੀਕ ਨੂੰ ਤੁਹਾਨੂੰ ਪਤਾ ਹੈ ਸਾਡਾ ਲਾਕਡਾਊਨ ਇਹ ਪਹਿਲਾ ਨੰਬਰ 10 ਲਾਕਡਾਊਨ ਖਤਮ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਆਪਾਂ ਨੇ ਫੈਸਲਾ ਕਰਨਾ ਹੈ ਚੌਥੇ ਲਾਕਡਾਊਨ ਦਾ ਲੇਕਿਨ 18 ਤਰੀਕ ਨੂੰ ਮੈਂ ਤੁਹਾਡੀਆਂ ਵੱਧ ਤੋਂ ਵੱਧ ਦੁਕਾਨਾਂ ਔਰ ਬਿਜ਼ਨੈਸਿਸ ਥੋੜਾ ਖੋਲਾਂਗਾ ਜਿੱਥੇ ਕੰਟੇਨਮੈਂਟ ਏਰੀਆਸ ਹੁਣ ਮੈਨੂੰ ਇਹ ਰੈੱਡ ਔਰੇਂਜ ਤੇ ਹਰਾ ਇਹ ਜਿਹੜਾ ਲਾਲ ਕੇਸਰੀ ਤੇ ਹਰਾ ਜਿਹੜੇ ਰੰਗ ਰੱਖੇ ਨੇ ਮੈਂ ਇਹਦੇ ਨਾਲ ਸਬ ਕੋਈ ਸਹਿਮਤ ਨਹੀਂ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕੈਸੀ ਉਹ ਦਿਨ ਬੋਲਦੇ ਹੋਏ ਕਿ ਇਹ ਗੱਲਾਂ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਇਹ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਅਬ ਚੀਫ ਮਿਨਿਸਟਰਸ ਹੋਰ ਸੂਬਿਆਂ ਨੂੰ ਪਤਾ ਹੈ ਸਾਨੂੰ ਸਾਡੇ ਤੇ ਛੱਡੋ ਕਿ ਅਸੀਂ ਕੀ ਕਰਾਂਗੇ ਤੇ ਅਸੀਂ ਹੁਣ ਰੱਖਾਂਗੇ ਕਨਫਾਈਨਮੈਂਟ ਜ਼ੋਨ ਜਾਂ ਨਾਨ ਕਨਫਾਈਨਮੈਂਟ ਜ਼ੋਨ ਕਨਫਾਈਨਮੈਂਟ ਜ਼ੋਨ ਜਿੱਥੇ ਬਿਮਾਰੀ ਹੈ ਉੱਥੇ ਮਹੱਲੇ ਨੂੰ ਸੀਲ ਆਫ ਕਰਕੇ ਬਾਕੀ ਸ਼ਹਿਰ ਮੇਰੇ ਖੋਲਣ ਦਾ ਪੂਰਾ ਇਰਾਦਾ ਹੈ ਔਰ 18 ਤਰੀਕ ਨੂੰ ਅਸੀਂ ਕਰਾਂਗੇ ਤਾਂ ਕਿ ਤੁਸੀਂ ਆਪਣੇ ਬਿਜ਼ਨੈਸ ਉਸ ਤੇ ਚਲਾ ਸਕੋ ਮੈਨੂੰ ਅਫਸੋਰਸ ਹੈ ਕਿ ਤੁਹਾਡਾ ਨੁਕਸਾਨ ਹੋਇਆ ਹੈ ਲੇਕਿਨ ਕਰੀਏ ਕੀ ਇਹ ਤਾਂ ਸਾਡੇ ਸਾਰਿਆਂ ਦੇ ਹੱਥ ਤੋਂ ਬਾਹਰ ਸੀ ਗੱਲ ਔਰ ਅਸੀਂ ਪਹਿਲਾ ਮੇਰੇ ਵਾਸਤੇ ਪੰਜਾਬੀਆਂ ਦੀ ਜਾਨ ਦਾ ਖਤਰਾ ਸੀ ਉਹ ਦੂਰ ਕਰਨਾ ਸੀ ਤੁਹਾਡੀ ਜਾਨਾਂ ਬਚਾਉਣੀਆਂ ਸੀ ਤੁਹਾਡੇ ਤੁਹਾਡੇ ਇਹ ਪਰਿਵਾਰਾਂ ਨੂੰ ਇਹ ਤੋਂ ਨੂੰ ਇਸ ਇਸ ਬਿਮਾਰੀ ਤੋਂ ਦੂਰ ਰੱਖਣਾ ਸੀ ਇਹ ਮੇਰਾ ਪਹਿਲਾ ਸੀ ਉਸ ਤੋਂ ਬਾਅਦ ਸੀ ਬਿਜ਼ਨਸ ਇੰਡਸਟਰੀ ਵਗੈਰਾ ਲੇਕਿਨ ਹੁਣ ਸਾਹਮਣੇ ਆ ਗਿਆ ਕਿਉਂਕਿ ਮੈਨੂੰ ਪਤਾ ਹੈ ਕਈ ਲੋਕ ਤਾਂ ਜੋ ਦੁਕਾਨਾਂ ਤੋਂ ਕਮੋਦੇ ਨਹੀਂ ਉਹ ਵੀ ਖਾਂਦੇ ਨੇ ਤੇ ਇਸ ਤਰੀਕੇ ਨਾਲ 2 ਹਫ਼ਤੇ 2 ਮਹੀਨੇ ਤਾਂ ਬਹੁਤ ਲੰਮਾ ਹੋ ਜਾਂਦਾ ਹੈ ਅਰਸਾ ਅਰਸਾ ਤੋਂ ਇਸ ਕਰਕੇ ਇਹਦਾ ਸੀ 18 ਤਰੀਕ ਨੂੰ ਐਲਾਨ ਕਰਾਂਗੇ ਤਾਕਿ ਤੁਸੀਂ ਆਪਣੇ ਬਿੱਟ ਉਸੇ ਕੰਮ ਚਲਾ ਸਕੋ ਲੌਂਗ ਟਰਮ ਇਫੈਕਟ ਤੁਸੀਂ ਪੁੱਛਿਆ ਇਹ ਜਲੰਧਰ ਤੋਂ ਆਇਆ ਰੇਸ਼ੀ ਮਲੋਰ ਦੇ ਜੀ ਦਾ ਸਵਾਲ ਕਿ ਲੌਂਗ ਟਰਮ ਇਫੈਕਟ ਕੋਵਿਡ ਦਾ ਸਾਡੇ ਤੇ ਕੀ ਹੈ ਮੈਂ ਦੇਖੋ ਇੱਕ ਬਿਮਾਰੀ ਹੈ ਹਰ ਬਿਮਾਰੀ ਤੋਂ ਜਿਹੜਾ ਲੰਘ ਜਾਂਦਾ ਹੈ ਉਹ ਫਿਰ ਠੀਕ ਹੋ ਜਾਂਦਾ ਹੈ ਠੀਕ ਹੋ ਜਾਂਦਾ ਤਾਂ ਸੇਫ ਠੀਕ ਹੋ ਜਾਂਦੀ ਹੈ ਔਰ ਵਾਇਗਰੂ ਕਰੇ ਇਹ ਜ ਬਿਮਾਰੀ ਕੋਈ ਲੌਂਗ ਟਰਮ ਕੋਈ ਅਸਰ ਨਾ ਪਵੇ ਕਿਸੇ ਤੇ ਤੁਸੀਂ ਠੀਕ ਹੋ ਜਾਓਗੇ ਜੋ ਪਤਾ ਲੱਗ ਰਿਹਾ ਹੈ ਜੋ ਇੱਥੇ ਦੇ ਪੰਜਾਬ ਦੇ ਵਿੱਚ ਵੀ ਅੱਜ ਵੀ ਮੈਂ ਗੱਲ ਕਰ ਰਿਹਾ ਸੀ ਕਪੂਰਥਲੇ ਵਿੱਚ 17 ਬੰਦੇ ਜਿਹੜੇ ਕੋਵਿਡ ਤੋਂ ਹੁਣ ਠੀਕ ਹੋਏ ਨੇ ਉਹ ਕਹਿੰਦੇ ਸੀ ਅਸੀਂ ਚੜ੍ਹਦੀ ਕਲਾ 'ਚ ਆਏ ਅਸੀਂ ਬੜੇ ਤਕੜੇ ਆ ਸਭ ਕੁਝ ਠੀਕ ਹੈ ਔਰ ਮੇਰਾ ਖਿਆਲ ਇੱਕ ਵਾਰ ਤੁਸੀਂ ਥੋੜੀ ਸੇਹ ਠੀਕ ਹੋ ਜੇ ਇਹ ਬਿਮਾਰੀ ਤੋਂ ਬਾਅਦ ਬਿਲਕੁਲ ਤੁਸੀਂ ਠੀਕ ਰਹੋਗੇ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਔਰ ਤੁਸੀਂ ਬਸ ਤਗੜੇ ਤਰੀਕੇ ਨਾਲ ਫਿਰ ਜਿਹੜਾ ਕੰਮ ਚੱਲਿਆ ਹੋਇਆ ਉਸ ਤੇ ਲੱਗੋ ਇੰਡਸਟਰੀਲਿਸ ਸਾਇਕ ਹੋ ਰਿਹਾ ਹੈ ਕਿ ਵੀ ਆਰ ਨਾਟ ਗੇਟਿੰਗ ਚਾਂਸ ਟੂ ਓਪਨ ਫੈਕਟਰੀਜ਼ ਫੈਕਟਰੀ ਫੋੜੀਆਂ ਖੁਲਾਤੀਆਂ ਵੱਡੀਆਂ ਜਿਹੜੀਆਂ ਜਿਹੜੀਆਂ ਜਿਹੜੇ ਨਾਨ ਨਾਨ ਰੈਡ ਜ਼ੋਨ ਜਿਹੜਾ ਕਨਟੇਨਮੈਂਟ ਜ਼ੋਨ ਦੇ ਵਿੱਚੋਂ ਉਹ ਤਾਂ ਖੁੱਲ ਗਈਆਂ ਨੇ ਬਾਕੀ ਮੈਂ ਤੁਹਾਨੂੰ 18 ਨੂੰ ਜਿਹੜੇ ਛੋਟੇ ਬਿਜ਼ਨੈਸਿਸ ਕਿਤੇ ਜਿਹੜੇ ਲੋਕ ਕਹਿੰਦੇ ਨੇ ਕਿ ਉਹ orange zone ਹੈ ਜਾਂ red zone ਹੈ ਜਿਹੜੀ ਮੈਂ ਚੱਕ ਦਿੱਤੀ ਹੈ ਮੈਂ ਤਾਂ ਕਹਿਣਾ ਹੈ ਕਿ ਕਨਫਾਈਨਮੈਂਟ ਜ਼ੋਨ ਹੈ ਜਾਂ ਨਾਨ ਕਨਫਾਈਨਮੈਂਟ ਜ਼ੋਨ ਕਨਫਾਈਨਮੈਂਟ ਜ਼ੋਨ ਵਿੱਚ ਜੇ ਤੇ ਮੋਲਾ ਹੈ ਉਸ ਨੂੰ ਆਈਸੋਲੇਟ ਕਰਾਂਗੇ ਇਹਦੇ ਇੱਕ ਬਫਰ ਜ਼ੋਨ ਛੱਡ ਦਾਂਗੇ ਔਰ ਬਾਕੀ ਅਸੀਂ ਸਭ ਕੁਝ ਖੋਲ੍ਹ ਦਾਂਗੇ ਤਾਂ ਔਰ ਇਹੀ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਇਸ ਕੰਮ ਦਾ ਸਾਨੂੰ ਛੁੱਟ ਦਿਓ ਤਾਂ ਕਿ ਅਸੀਂ ਸਾਨੂੰ ਪਤਾ ਹੈ ਸਾਡੇ ਵਿੱਚ ਕਿੱਸਿਆ ਸਾਡੇ ਡਿਪਟੀ ਕਮਿਸ਼ਨਰ ਸਾਡੀ ਐਡਮਿਨਿਸਟ੍ਰੇਸ਼ਨ ਆਪੀ ਸਾਮਣੂ ਗੀਸ ਨੂੰ ਇਹ ਵਾਰੀ ਕਰਨ ਦੀ ਲੋੜ ਨਹੀਂ ਲੇਕਿਨ ਮੈਂ ਚਾਹੁੰਦਾ ਕਿ ਜਿਆਦਾ ਤੋਂ ਜਿਆਦਾ ਸਾਡੀ ਕਾਮਰਸ ਵਧੇ ਸਾਡੀ ਬਿਜ਼ਨਸ ਵਧੇ ਸਾਡੀ ਇੰਡਸਟਰੀ ਵਧੇ ਔਰ ਸਾਡੇ ਲੋਕਾਂ ਦੀਆਂ ਨੌਕਰੀਆਂ ਵਧਣ ਔਰ ਤੁਹਾਡੇ ਆਮਦਨ ਦੇ ਸਾਧਨ ਵਧਣ ਇਹ ਹੁਣ ਉਸ ਕੰਮ ਤੇ ਆ ਗਏ ਆ ਅਸੀਂ ਔਰ ਉਸ ਕੰਮ ਤੇ ਅਸੀਂ ਪੂਰਾ ਜੋਰ ਤੁਹਾਡੇ ਨਾਲ ਲੱਗਣਾ ਹੈ ਜਿਹੜੀ ਤੁਸੀਂ ਦੋ ਗੱਲਾਂ ਕਹੀਆਂ ਸੀਆਂ ਇੰਡਸਟਰੀ ਵਾਸ ਸਟਿਮੂਲਸ ਜਾਂ ਹੈਲਪ EMI ਵਗੈਰਾ ਇਹ ਗਵਰਨਮੈਂਟ ਆਫ ਇੰਡੀਆ ਦੇ ਹੱਥ ਵਿੱਚ ਹੈ ਅਸੀਂ ਇਹਦੇ ਬਾਰੇ 26 ਮਾਰਚ ਨੂੰ ਮੈਂ ਇੱਕ ਚਿੱਠੀ ਲਿਖ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਨੂੰ ਔਰ ਮੈਂ ਉਸ ਨੂੰ ਫਾਲੋਅ ਅਪ ਕਰਾਂਗਾ ਕਿ ਜਿਹੜੇ ਹੁਣ ਤੁਸੀਂ ਐਲਾਨ ਕਰ ਰਹੇ ਹੋ ਯਾਨੀ ਕਿ 20 ਲੱਖ ਕਰੋੜ ਅਸੀਂ ਪੂਰੇ ਹਿੰਦੁਸਤਾਨ ਦੇਣਾ ਉਹ ਉਹਨਾਂ ਕਿ ਕੀ ਦੇਣਾ ਹੈ ਕਿਵੇਂ ਦੇਣਾ ਹੈ ਕੀ ਕੁਝ ਕਰਨਾ ਹੈ ਉਹ ਅਸੀਂ ਲਿਖ ਰਹੇ ਹਾਂ ਲੈਟਰ ਇੱਕ ਮੈਂ 20 ਮਾਰਚ ਨੂੰ ਇਸ ਤੋਂ ਬਹੁਤ ਪਹਿਲਾਂ ਇੱਕ ਮੈਂ ਲੈਟਰ ਲੋਕ ਲਿਖ ਚੁੱਕਿਆ ਸੀ ਜੋ ਮੈਂ ਠੀਕ ਸਮਝਦਾ ਸੀ ਕਿ ਗੱਲਾਂ ਹੋਣੀਆਂ ਚਾਹੀਦੀਆਂ ਨੇ ਹੁਣ ਇਹਨਾਂ ਦੀ ਅਨਾਉਂਸਮੈਂਟ ਤੋਂ ਬਾਅਦ ਦਿੱਲੀ ਦੀ ਅਨਾਉਂਸਮੈਂਟ ਤੋਂ ਬਾਅਦ ਮੈਂ ਉਹ ਗੱਲਾਂ ਨੂੰ ਇੱਕ ਅਮਲੀ ਜਾਮਾ ਪਰਾ ਕੇ ਇਹ ਮੈਂ ਲਿਖਣਾ ਚਾਹੁੰਦਾ ਹਾਂ ਦੁਬਾਰਾ ਕਿ ਫਲਾਨੀ ਫਲਾਨੀ 1 2 3 4 ਇਹ ਪੁਆਇੰਟਸ ਬਣਾ ਕੇ ਕਿ ਇਹਨਾਂ ਦੇ ਵਿੱਚ ਤੁਸੀਂ ਸਾਡੀ ਇਸ ਇਸ ਤਰੀਕੇ ਨਾਲ ਹੈਲਪ ਕਰ ਸਕਦੇ ਹੋ ਜੋ ਤੁਸੀਂ ਐਲਾਨ ਕੀਤਾ ਹੈ ਆਈ ਅਗਰੀ WITH ਯੂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਐਡੀਸ਼ਨਲ ਫਸਲ ਗਾਣਾ ਵਗੈਰਾ ਖਾਣਾ ਵਗੈਰਾ ਦੇਣਾ ਚਾਹੀਦਾ ਹੈ ਗਰੀਬਾਂ ਵਾਸਤੇ ਔਰ ਤੁਹਾਨੂੰ ਇਹ ਬੁਰਾ ਲੱਗਦਾ ਹੈ ਬੁਰਾ ਤਾਂ ਮੈਨੂੰ ਵੀ ਲੱਗਦਾ ਹੈ ਲੇਕਿਨ ਜਿਹੜਾ ਬੱਚਾ ਬੰਦਾ ਆਪਣੇ ਬੱਚੇ ਨੂੰ ਰੋਟੀ ਨਹੀਂ ਖਵਾ ਸਕਦਾ ਉਹ ਫਿਰ ਸਾਡੀ ਡਿਊਟੀ ਬਣ ਜਾਂਦੀ ਹੈ ਤੁਹਾਨੂੰ ਪਤਾ ਕਿੰਨਾ ਅਸੀਂ ਦੇ ਚੁੱਕੇ ਹਾਂ ਸੋਨੇ 1 ਕਰੋੜ ਪੈਕੇਟ ਅਸੀਂ ਦੇ ਚੁੱਕੇ ਹਾਂ 3 ਕਰੋੜ ਦੀ ਆਪਣੀ ਆਬਾਦੀ ਹੈ ਲੇਕਿਨ ਹਾਲੇ ਵੀ ਲੋਕਾਂ ਨੂੰ ਪੂਰੀ ਰੋਟੀ ਨਹੀਂ ਮਿਲਦੀ ਕਿਉਂਕਿ ਇਹ ਜਿਹੜੇ ਮਾਈਗ੍ਰੈਂਟ ਲੇਬਰ ਹੈ ਜਾਂ ਆਪਣੀ ਲੇਬਰ ਹੈ ਜਾਂ ਬੀਪੀਐਲ ਸਾਡੀ ਫੈਮਿਲੀਜ਼ ਨੇ ਉਹ ਮਾਈਗ੍ਰੈਂਟ ਲੇਬਰ ਤਾਂ 13 ਲੱਖ ਬੈਠੀ ਹੈ ਉਹ ਜਦੋਂ ਉਹਨਾਂ ਨੂੰ ਕੋਈ ਨੌਕਰੀ ਨਾ ਮਿਲੇ ਤਾਂ ਫਿਰ ਉਹ ਵਿਚਾਰੇ ਰੋਟੀ ਖਾਣਗੇ ਕਿ ਫੋਟਾ ਦਿਹਾੜੀਦਾਰ ਨੇ ਸਾਨੇ ਇਸ ਕਰਕੇ ਸਾਨੂੰ ਰੋਟੀ ਦੇਣੀ ਪੈ ਰਹੀ ਔਰ ਚੱਲ ਰਹੀ ਹੈ ਇਸ ਵੇਲੇ ਬੰਦ ਨਹੀਂ ਹੋ ਰਹੀ ਅਸੀਂ ਬੰਦ ਨਹੀਂ ਕਰਾਂਗੇ ਅਸੀਂ ਜਿਹੜਾ ਭੁੱਖਾ ਮੈਂ ਪਹਿਲਾਂ ਕਿਹਾ ਇੱਕ ਵਾਰ ਪੰਜਾਬ ਦੇ ਵਿੱਚ ਅਸੀਂ ਕਿਸੇ ਨੂੰ ਭੁੱਖੇ ਸੌਣ ਨਹੀਂ ਦੇਣਾ ਔਰ ਇਹ ਹੀ ਗੱਲ ਤੇ ਅਸੀਂ ਜੋ ਕੁਝ ਲੋਡ ਹੈ ਸਾਨੂੰ ਏ ਗਰੀਬਾਂ ਦੀ ਮਦਦ ਕਰਨ ਵਾਸਤੇ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਔਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਅਸੀਂ ਪੂਰਾ ਉਹਨਾਂ ਦਾ ਰਾਸ਼ਨ ਪਾਣੀ ਸਾਰਾ ਦੇ ਸਕੀਏ ਤੁਸੀਂ ਫਿਰ ਕਿਹਾ ਸੀ ਕਿ ਪੰਜਾਬ ਟ੍ਰਾਂਸਪੋਰਟ ਕਰੋ ਰੀਜ਼ਿਊਮ ਹੋ ਜਾਈਏ ਇਹ ਮੈਂ ਤੁਹਾਨੂੰ ਦੱਸਦਾ 18 ਤਰੀਕ ਤੋਂ ਸੀ ਉਹਨੂੰ ਰੀਜ਼ਿਊਮ ਕਰਾਂਗੇ ਜਿੱਦ ਦੇ ਨੇ ਕੋਵਿਡ ਪਹਿਲਾ ਹੋਏਗਾ ਹੁਣ ਮੈਂ ਕੋਵਿਡ ਦੇ ਬਾਰੇ ਤੁਹਾਨੂੰ ਇਹ ਗੱਲ ਦੱਸਦਾ ਚਾਹੁੰਦਾ ਕਿ 18 ਤਰੀਕ ਨੂੰ ਇਹ ਜਿਹੜਾ ਲਾਕਡਾਊਨ ਸੀ ਨੰਬਰ 3 ਲਾਕਡਾਊਨ ਇਹ ਬੰਦ ਹੋਣਾ ਹੈ ਪਤਾ ਨਹੀਂ ਗਵਰਨਮੈਂਟ ਆਫ ਇੰਡੀਆ ਕੀ ਅਨਾਉਂਸ ਕਰ ਰਹੀ ਹੈ ਨਹੀਂ ਅਨਾਉਂਸ ਕਰ ਰਹੀ ਲੇਕਿਨ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਮੈਂ ਕਰਫਿਊ ਹਟਾ ਦੇਣੀ ਹੈ ਕੋਈ ਕਰਫਿਊ ਨਹੀਂ ਹੋਏਗਾ ਪੰਜਾਬ ਚ 18 ਤਰੀਕ ਤੋਂ ਲੇਕਿਨ ਲਾਕਡਾਊਨ ਅਸੀਂ ਰੱਖਾਂਗੇ ਇਹ ਥੋੜੀ ਹਿੰਮਤ ਔਰ ਇਹ ਲਾਕਡਾਊਨ ਦਾ ਹੈ ਕਿ ਸਾਡੇ ਪੰਜਾਬ ਅੱਜ ਬਚਿਆ ਹੋਇਆ ਹੈ ਅੱਜ ਹੁਣ ਜਿਹੜੇ ਦੇਖੋ ਅਗਰ 60 ਹਜ਼ਾਰ ਲੋਕ ਬਾਹਰੋਂ ਆ ਜਾਣ ਤੇ 20 ਲੱਖ ਵਿਦੇਸ਼ਾਂ ਤੋਂ ਆ ਜਾਣ ਤੇ ਸਾਨੂੰ ਉਹਦਾ ਧਿਆਨ ਰੱਖਣਾ ਪਊ ਅਸੀਂ ਉਹਨਾਂ ਨੂੰ ਕੁਆਰੰਟੀਨ ਚ ਪਾਵਾਂਗੇ ਸਾਰਿਆਂ ਨੂੰ لیکن پھر بھی کچھ ਘੁੰਮਦੇ ਨੇ اور اب زیادہ ਅਸੀਂ ਆਉਂਦੇ ਨੇ ਉਦੋਂ ਤਾਂ ਲੱਗਦੇ ਨੇ ਪੋਜਿਟਿਵ ਹਫਤੇ ਬਾਅਦ 10 ਦਿਨ ਬਾਅਦ ਫਿਰ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਕਿਉਂਕਿ ਇਹ ਬਿਮਾਰੀ 5ਵੇਂ ਅਤੇ 7ਵੇਂ ਦਿਨ ਦੇ ਦਰਮਿਆਨ ਇਹ ਦਿਖਦੀ ਹੈ ਜਿਹਨੂੰ ਲੱਗ ਜਾਂਦੀ ਹੈ ਪਹਿਲੇ ਦਿਨ ਤਾਂ ਠੀਕ ਹੁੰਦਾ ਹੈ ਤਾਂ ਜਦ ਪਾਲਮ ਆ ਜੇ ਉਦੋਂ ਤਾਂ ਠੀਕ ਲੱਗਦਾ ਹੈ ਉਹ ਟੈਸਟ ਵੀ ਕਲੀਅਰ ਹੋਣਗੇ ਲੇਕਿਨ ਹਫਤੇ 10 ਦਿਨ ਬਾਅਦ ਫਿਰ ਹੋ ਸਕਦਾ ਫਿਰ ਕੀ ਕਰਾਂਗੇ ਤੋਂ ਇਸ ਕਰਕੇ ਸਾਨੂੰ ਲਾਕਡਾਊਨ ਰੱਖਣਾ ਪਊ ਜਦ ਤੱਕ ਸਾਰੇ ਪੰਜਾਬੀ ਘਰ ਨਹੀਂ ਆਉਂਦੇ ਲੇਕਿਨ ਮੈਂ ਉਹਦੇ ਚ ਰਾਹਤ ਬੜੀ ਦੇਵਾਂਗਾ ਮੈਂ ਰਾਹਤ ਦੇਵਾਂਗਾ ਲੇਕਿਨ ਤੁਸੀਂ ਮੇਰਾ ਹੁਣ ਸਾਥ ਤੁਹਾਨੂੰ ਦੇਣਾ ਪਊ ਦੇਖੋ ਮੈਂ ਨਹੀਂ ਚਾਹਦਾ ਕਿ ਇਹ ਬਿਮਾਰੀ ਜ਼ਿਆਦਾ ਫੈਲੇ ਇੱਥੇ ਔਰ ਤੁਸੀਂ ਵੀ ਤੰਗ ਹੋ ਤੰਗੀ ਹੋ ਤੰਗੀ ਤੰਗੀ ਇਹ ਜਿਹੜੀ ਲਾਕਡਾਊਨ ਦੀ ਹੁੰਦੀ ਹੈ ਇਹ ਲੋਕਾਂ ਨੂੰ ਤੰਗ ਕਰਨ ਦੀ ਉਹ ਗੱਲ ਹੈ ਲੇਕਿਨ ਇਹ ਤੁਹਾਡੇ ਸਿਹਤ ਵਾਸਤੇ ਹੈ ਔਰ ਤੁਸੀਂ ਮੇਰਾ ਸਾਥ ਦਿੱਤਾ ਹੈ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਔਰ 2 ਮਹੀਨੇ ਤੁਸੀਂ ਮੇਰਾ ਸਾਥ ਦੇ ਕੇ ਆਪਾਂ ਪੰਜਾਬ ਬਚਾ ਲਿਆ ਹੁਣ ਮੇਰੀ ਇੱਕ ਤੁਹਾਨੂੰ ਬੇਨਤੀ ਹੋ ਰਿਹਾ ਕਿ ਮੈਂ ਕੱਤੀ ਮਈ ਤਾਈ ਇਸ ਨੂੰ ਫੇਰ ਲੈ ਕੇ ਜਾਊਗਾ ਬੜੀ ਰਾਹਤ ਮਿਲੇਗੀ ਉਹਦੇ 'ਚ ਲੇਕਿਨ ਤੁਸੀਂ ਮੇਰਾ ਸਾਥ ਦੇਣਾ ਹੈ ਤਾਂ ਕਿ ਇਹ ਹੋਰ ਫੈਲੇ ਨਾ ਇਹ ਜਿਹੜੇ ਲੋਕ ਆਉਣਗੇ 60000 ਇੱਕ ਔਰ 20000 ਹੋਰ 80000 ਲੋਕ ਪੰਜਾਬ ਦੇ ਵਿੱਚ ਆਉਣਗੇ ਅਗਰ ਇਹ ਲਿਉਣਗੇ ਇਸ ਨੇ ਥੋੜਾ ਕੰਟਰੋਲ ਆਪਾਂ ਨੂੰ ਰੱਖਣਾ ਪਊ ਔਰ ਵਾਇਰੂ ਕਰੇ ਕੱਤੀ ਮਾਰਚ ਤਾਈ ਆਪਾਂ ਨੂੰ ਫਿਰ ਅੱਗੇ ਜਾਣ ਦੀ ਰੋਡ ਨਾ ਪਵੇ ਅਗਰ ਆਪਾਂ ਕੰਟਰੋਲ ਕਰ ਸਕੀਏ ਔਰ ਕੰਟਰੋਲ ਕਰਨਾ ਔਰ ਇਹਦਾ ਸੰਭਾਲ ਕਰਨੀ ਇਹ ਤੁਹਾਡੇ ਹੱਥ ਦੇ ਵਿੱਚ ਹੈ ਤੁਮੇ ਆਸ ਕਰਦੇ ਹਾਂ ਕਿ ਤੁਸੀਂ ਮੇਰੀ ਗੱਲ ਫੇਰ ਮੰਨੋਗੇ ਇੱਕ ਵਾਰ ਔਰ ਆਪਾਂ ਆਪਣੇ ਪੰਜਾਬ ਨੂੰ ਇਸ ਬਿਮਾਰੀ ਤੋਂ ਕਟਿਏ ਔਰ ਆਪਾਂ ਇਸ ਨੂੰ ਬਚਾਈਏ ਇੱਕ ਸਵਾਲ ਤੁਸੀਂ ਕੀਤਾ ਸੀ ਕਿ ਗਵਰਨਮੈਂਟ ਦੇ ਵਿੱਚ ਤੁਸੀਂ ਰਿਕਰੂਟਮੈਂਟ ਕਰੋਗੇ ਜਾਂ ਨਹੀਂ ਇਹ ਤੁਹਾਨੂੰ ਪਤਾ ਹੈ ਕਿ ਅਸੀਂ ਅਸੀਂ ਆਪਣੇ ਪਿਛਲੇ ਬਜਟ ਸੈਸ਼ਨ ਦੇ ਦੌਰਾਨ ਐਲਾਨ ਕੀਤਾ ਸੀ ਕਿ ਅਸੀਂ 1 ਲੱਖ ਨੌਕਰੀਆਂ ਇਹਦੇ ਵਿੱਚ ਇਸ ਸਾਲ ਦੇ ਵਿੱਚ ਕਰਾਂਗੇ ਫਿਰ ਕੋਵਿਡ ਸ਼ੌਕਟ ਹੋ ਗਿਆ ਸ਼ੁਰੂ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਨਹੀਂ ਕਰਾਂਗੇ ਇਹ ਬਿਲਕੁਲ ਕਰਾਂਗੇ ਇਹਦੇ ਵਾਸਤੇ ਅਸੀਂ ਹੁਣ ਅਮ ਬਣਾ ਰਹੇ ਆ ਕਿ ਕਿਸ ਤਰੀਕੇ ਨਾਲ ਅਸੀਂ ਇਹ ਰਿਕਰੂਟਮੈਂਟ ਡਰਾਈਵ ਕਰਨੀ ਹੈ ਔਰ ਕੁਝ ਦਿਨਾਂ ਵਿੱਚ ਤੁਹਾਡੇ ਸਾਹਮਣੇ ਇਹ ਗੱਲ ਅਸੀਂ ਰੱਖਾਂਗੇ ਤਾਂ ਕਿ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹ ਉਸ ਵਾਸਤੇ ਕਰੋ ਔਰ ਅਸੀਂ ਇੰਟਰਵਿਊਜ਼ ਵਗੈਰਾ ਦਾ ਪ੍ਰਬੰਧ ਕਰ ਰਹੇ ਹਾਂ ਇੱਕ ਦਾ ਇਹ ਹੈ ਇੱਕ ਕੋਲ ਚੋਪਰਾ ਜੀ ਨੇ ਪੁੱਛਿਆ ਮੈਨੂੰ ਕਿ GNDU ਦਾ ਐਗਜ਼ਾਮੀਨੇਸ਼ਨ ਕਦੋਂ ਰੱਖਿਆ ਜਾਵੇਗਾ ਇਹ ਮਸਲਾ ਤਾਂ ਹੈ ਤਾਂ ਇਹ ਵਾਈਸ ਚਾਂਸਰ ਸਰਦਾਰ ਉਹਨਾਂ ਦੀ ਉਹਨਾਂ ਦੇ ਆਪਣੇ ਫੈਸਲੇ ਦਾ ਲੇਕਿਨ ਜੋ ਮੈਨੂੰ ਪਤਾ ਲੱਗਿਆ ਹੈ ਕਿ UGC ਨੇ ਏ ਬੋਰਡ ਇਗਜ਼ਾਮਸ अर्ली ਆਪਣੇ ਯੂਨੀਵਰਸਿਟੀ ਦੇ ਇਗਜ਼ਾਮਸ अर्ली ਜੁਲਾਈ ਦੇ ਵਿੱਚ ਹੋ ਰੱਖਣਾ ਚਾਹੁੰਦੇ ਨੇ ਔਰ ਬੋਰਡ ਇਗਜ਼ਾਮ ਸੀਬੀਐਸਸੀ ਦੇ ਵੀ ਜੁਲਾਈ ਦੇ ਵਾਸਤੇ ਸ਼ਡਿਊਲ ਹੋਏ ਨੇ ਲੇਕਿਨ ਇਹ ਅਨਾਉਂਸਮੈਂਟ ਤਾਕ ਤੇ ਰਵਾਈਸ ਸਾਹਿਬ ਸਾਫ ਕਰਨਗੇ ਕਿਸ ਤਰੀਕੇ ਨਾਲ ਯੂਜੀਸੀ ਨਾਲ ਗੱਲ ਕਰਕੇ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਨੇ ਤੀਸਰਾ ਜਿਹੜਾ ਮੈਂ ਇੱਕ ਹੋਰ ਸਵਾਲ ਤੁਹਾਡੇ ਨਾਲ ਕਰਨਾ ਚਾਹੁੰਦਾ ਜਿਹੜਾ ਮੈਂ ਸਮਝਦਾ ਕਿ ਤੁਸੀਂ ਬੜੀ ਐ ਸੋਚ ਕੇ ਤੁਸੀਂ ਮੈਨੂੰ ਪੁੱਛਿਆ ਕਿ ਆਪੋਜੀਸ਼ਨ ਪਾਰਟੀਆਂ ਥੋੜੇ ਤੇ ਇਲਜ਼ਾਮ ਵਗੈਰਾ ਲਾਉਂਦੀਆਂ ਨੇ ਤੁਸੀਂ ਕੀ ਸਮਝਦੇ ਉਸ ਤੇ ਬਾਰੇ ਦੇਖੋ ਗੱਲ ਇਹ ਇਹ ਲੜਾਈ ਹੈ ਸਾਡੇ ਭਵਿੱਖ ਦੀ ਆਪਣੇ ਬੱਚਿਆਂ ਦੇ ਭਵਿੱਖ ਦੀ ਤੁਹਾਡੇ ਪਰਿਵਾਰਾਂ ਦੇ ਭਵਿੱਖ ਦੀ ਪੰਜਾਬ ਦੇ ਹਿੰਦੁਸਤਾਨ ਦੇ ਭਵਿੱਖ ਦੀ ਔਰ ਮੈਂ ਸਾਰੇ ਆਪੋਜੀਸ਼ਨ ਪਾਰਟੀਆਂ ਨੂੰ ਸੱਦਿਆ ਸੀ ਔਰ ਮੈਂ ਉਹਨਾਂ ਨੂੰ ਬੁਲਾਇਆ ਕਿ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਸੀ ਹਰ ਪਾਰਟੀ ਨੇ ਕਿ ਅਸੀਂ ਤੁਹਾਡਾ ਇਸ ਕੋਵਿਡ ਦੇ ਬਿਮਾਰੀ ਦੇ ਸਮੇਂ ਥੋੜਾ ਪੂਰੀ ਰਿਪੋਰਟ ਕਰਾਂਗੇ ਅਗਰ ਹੁਣ ਉਹ ਭੁੱਲ ਗਏ ਨੇ ਆਪਣਾ ਜਿਹੜਾ ਵਹਿਦਾ ਮੇਰੇ ਨਾਲ ਕੀਤਾ ਸੀ ਔਰ ਹੁਣ ਸਿਆਸਤ ਨੂੰ ਅੱਗੇ ਲਿਆਏ ਨੇ ਫਿਰ ਮੈਂ ਕੀ ਕਹਿ ਸਕਦਾ ਹਾਂ ਦੁਬਾਰੇ ਵੈਸੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਔਰ ਪੰਜਾਬ ਦੇ ਲੋਕਾਂ ਦਾ ਭਲੇਖਾ ਔਰ ਜਦੋਂ ਤਾਈਂ ਇਹ ਲੜਾਈ ਮੁੱਕਦੀ ਨਹੀਂ ਔਰ ਆਪਾਂ ਇਹਦੇ ਚ ਫਤੇ ਨਹੀਂ ਆਪਾਂ ਇੱਥੇ ਹੋਵਾਂਗੇ ਤਾਂ ਇਹ ਗੱਲ ਪੰਜਾਬ ਦੇ ਵਿੱਚ ਫੈਲਦੀ ਰਹੂ ਔਰ ਇਸ ਕਰਕੇ ਸਾਡਾ ਸਾਥ ਹੋਣਾ ਚਾਹੀਦਾ ਸੀ ਉਹਨਾਂ ਦਾ ਔਰ ਮੈਂ ਅੱਜ ਵੀ ਆਸ ਕਰਦਾ ਹਾਂ ਕਿ ਜਿਹੜਾ ਭਰੋਸਾ ਉਹਨਾਂ ਨੇ ਮੈਨੂੰ ਦਿੱਤਾ ਹੈ ਉਹ ਇਸ ਕੋਵਿਡ ਵਿੱਚ ਕੋਵਿਡ ਤੋਂ ਇਲਾਵਾ ਜੋ ਮਰਜੀ ਕਰੋ ਸਿਆਸਤ ਲੇਕਿਨ ਕੋਵਿਡ ਵਿੱਚ ਸਾਡਾ ਸਾਥ ਦਿਓ ਤਾਂ ਕਿ ਆਪਾਂ ਆਪਣਾ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਇਸ ਔਰ ਆਪਣੇ ਬੱਚਿਆਂ ਨੂੰ ਇਸ ਤੋਂ ਬਚਾ ਸਕੀਏ ਮੈਨੂੰ ਇੱਕ ਮਨਿੰਦਰਪਾਲ ਜੀ ਨੇ ਜਲੰਧਰ ਤੋਂ ਲਿਖੀ ਹੈ ਚਿੱਠੀ ਕਿ ਉਹ ਉਹ ਔਰ ਜਾਣ ਇੱਕ ਪਾਸ ਲੈਣਾ ਚਾਹੁੰਦੇ ਸੀ ਉਹਨਾਂ ਨੂੰ ਪਾਸ ਨਹੀਂ ਮਿਲਿਆ ਇਹ ਮੈਨੂੰ ਹੈਰਾਨੀ ਲੱਗਦੀ ਹੈ ਇਸ ਗੱਲ ਦੀ ਕਿਉਂਕਿ ਡਿਪਟੀ ਕਮਿਸ਼ਨਰਸ ਔਰ ਐਸਐਸਪੀਸ ਨੂੰ ਦੱਸਿਆ ਗਿਆ ਹੈ ਕਿ ਜੋ ਆਪਣੇ ਪਾਸ ਲੈ ਕੇ ਕੁਝ ਖਾਸ ਜ਼ਰੂਰੀ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਦਿੱਤਾ ਜਾਵੇ ਤੇ ਮੈਂ ਡੀਸੀ ਜਲੰਧਰ ਨੂੰ ਅੱਜ ਇਨਫੋਰਮ ਕਰ ਰਿਹਾ ਮਹਿੰਦਰਪਾਲ ਜੀ ਕਿ ਤੁਹਾਨੂੰ ਇਹ ਪ੍ਰੋਬਲਮ ਨਾ ਹੋਵੇ ਔਰ ਇਹ ਤੁਹਾਨੂੰ ਪਾਸ ਇੱਕਦਮ ਦਿੱਤਾ ਜਾਵੇ ਤਾਂ ਕਿ ਤੁਸੀਂ ਆਪਣੇ ਫੈਮਿਲੀ ਨੂੰ ਜਲੰਧਰ ਤੋਂ ਬਠਿੰਡੇ ਪਹੁੰਚਾ ਸਕੋ ਇਹ ਔਰ ਬਾਕੀ ਡਿਪਟੀ ਕਮਿਸ਼ਨਰ ਵੀ ਦੱਸ ਰਹੇ ਕਿ ਜੋ ਹੈ ਜੀ ਕੋਈ ਹੁੰਦੇ ਨੇ ਮੰਗਾ ਹੁੰਦੀਆਂ ਨੇ ਇਹਨਾਂ ਨੂੰ ਪੂਰੀਆਂ ਕਰਦੇ ਚਾਹੀਦੇ ਨੇ ਉਹ ਅੱਜ ਮੈਂ ਉਹਨਾਂ ਨੂੰ ਇਹ ਭੇਜ ਰਿਹਾ ਔਰ ਪੀਰ ਵਿੱਚ ਇੱਕੋ ਹੀ ਗੱਲ ਰਹਿ ਗਈ ਕਰਨ ਨੂੰ ਔਰ ਉਹ ਹੈ ਤੁਹਾਡਾ ਧੰਨਵਾਦ ਕਰਨਾ ਦੇਖੋ ਜਿਸ ਤਰੀਕੇ ਨਾਲ ਤੁਸੀਂ ਸੀਐਮ ਰੀਲੀਫ ਫੰਡ ਵਾਸਤੇ ਪੈਸੇ ਭੇਜੇ ਨੇ ਮੈਂ ਆਸ ਨਹੀਂ ਕਰਦਾ ਸੀ ਕਿ ਇਸ ਤਰੀਕੇ ਨਾਲ ਪੈਸੇ ਪਹੁੰਚਣਗੇ ਬਹੁਤ ਪੈਸੇ ਪਹੁੰਚੇ ਨੇ ਉਹਦੀ ਪੰਡੀ ਪੇਮੈਂਟ ਸ਼ਾਇਦ ਨੂੰ ਪਤਾ ਲੱਗਿਆ ਹੋਣਾ ਕਿ ਅਸੀਂ ਕੀਤੀ ਸੀ ਜਿਹੜੇ ਦੋ ਸਾਡੇ ਮੁਲਾਜ਼ਮ ਇਸ ਉਹਨਾਂ ਨੇ ਉਹਨਾਂ ਦੀ ਮੋਤਾ ਹੋ ਗਿਆ ਇੱਕ ਤਾਂ ਡੀਐਸਪੀ ਸੇਗੇ ਲੁਧਿਆਣੇ ਤੋਂ ਔਰ ਦੂਸਰੇ ਸੇ ਰੈਵਨਿਊ ਮਹਿਕਮੇ ਤੋਂ ਇੱਕ ਕਾਨੂੰਗੋ ਸੇ ਉਹਨਾਂ ਦੋਨਾਂ ਨੂੰ ਅਸੀਂ ਇਹਦੇ ਇਹਦੀ ਜੋ ਦੇਣਾ ਸੀਗਾ ਉਹਨਾਂ ਨੂੰ ਰਿਲੀਫ ਵਗੈਰਾ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦਿੱਤੀ ਹੈ ਔਰ ਸਾਡੇ ਕੋਲ ਬਹੁਤ ਪੈਸੇ ਪਹੁੰਚੇ ਇਸ ਵੇਲੇ ਕੋਈ ਤੰਗੀ ਨਹੀਂ ਕੋਈ ਪ੍ਰੋਬਲਮ ਨਹੀਂ ਸਾਨੂੰ ਆਣੀ ਲੇਕਿਨ ਤਨਵਾਦ ਤੁਹਾਡਾ ਕਿਉਂਕਿ ਤੁਸੀਂ ਅਮਾਉਂਟ ਕੋਈ ਵੀ ਹੋਵੇ ਤੁਸੀਂ ਆਪਣੇ ਦਿਲੋਂ ਆਪਣੇ ਪਿਆਰ ਨਾਲ ਇਹ ਭੇਜਿਆ ਹੈ ਆਪਣੇ ਪੰਜਾਬ ਵਾਸਤੇ ਤੇ ਮੈਂ ਜਿੰਨੂੰ ਥੋੜਾ ਸਾਰਾ ਸ਼ੁਕਰਗੁਜ਼ਾਰ ਹੈ ਤੇ ਮੇਰੇ ਵੀਰੋ ਭੈਣੋ ਕੋਈ ਇਹ ਜੇ ਸਵਾਲ ਹੋਣ ਕੋਈ ਗੱਲਾਂ ਹੋਣ ਜੋ ਤੁਹਾਡੇ ਮਨ ਚ ਨੇ ਜੋ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਿਆ ਹਰ ਹਫ਼ਤੇ ਮੈਂ ਇੱਕ ਦਿਨ ਇਹ ਤੁਹਾਡੇ ਨਾਲ ਗੱਲ ਕਰਿਆ ਕਰਾਂਗਾ ਜਰੂਰ ਮੈਨੂੰ ਲਿਖ ਕੇ ਭੇਜੋ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਜਵਾਬ ਦੇਵਾਂ ਬਹੁਤ ਧੰਨਵਾਦ ਤੁਹਾਡਾ ਸਾਰਾ